ਵੈਜੀਟੇਰੀਅਨ ਰਜਨੀਸ਼ ਅਰੋੜਾ ਵੱਲੋਂ ਕਰਫਿਊ ਦੌਰਾਨ ਲੋੜਵੰਦ ਲੋਕਾਂ 'ਚ ਰਾਸ਼ਨ ਵੰਡਿਆ ਗਿਆ ਅਤੇ ਹਰ ਲੋੜੀਂਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ। ਮੈਂ ਸਿਰਫ ਆਪਣੇ ਅੰਮ੍ਰਿਤਸਰ ਵਾਸੀਆਂ ਨੂੰ ਹੱਥ ਜੋੜ ਕੇ ਇੱਕ ਰਿਕੁਐਸਟ ਕਰਦਾ ਕਿ ਕਈ ਘਰਾਣੇ ਇਹੋ ਜਿਹੇ ਨੇ ਜਿਹਦੇ ਉੱਪਰ ਸ੍ਰੀ ਗੁਰੂ ਰਾਮਦਾਸ ਜੀ ਦੀ ਅਪਾਰ ਕਿਰਪਾ, ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਸਾਡੇ ਕੋਲ ਕਿੰਨਾ ਕੁ ਧਨ ਹੈ, ਜੇ ਉਹਦੇ ਵਿੱਚੋਂ ਥੋੜਾ ਥੋੜਾ ਵੀ ਧਨ ਕੱਢ ਕੇ ਆਪਣੇ ਆਲੇ ਦੁਆਲੇ ਲੋੜਵੰਦ ਨੂੰ ਉਹਦੇ ਘਰ 'ਚ ਰੋਟੀ ਖਾਣ ਵਾਲਾ ਰਸਤ ਪਾਣੀ ਪਹੁੰਚਾ ਦੇਣ, ਇਸ ਤੋਂ ਵੱਡੀ ਸੇਵਾ ਕੋਈ ਨਹੀਂ ਹੈ ਜੀ।